1947 ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦੇ ਵਿੱਚ ਹਰ ਸਾਲ 15 ਅਗਸਤ ਦਾ ਦਿਹਾੜਾ ਆਜ਼ਾਦੀ ਦਿਵਸ ਦੇ ਰੂਪ ਦੇ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਇਸੇ ਆਜ਼ਾਦੀ ਨੂੰ ਲੈ ਕੇ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਓ ਜਾਣਦੇ ਹਾਂ ਆਜ਼ਾਦੀ ਨੂੰ ਲੈ ਕੇ ਉਹਨਾਂ ਦੇ ਕੀ ਵਿਚਾਰ ਨੇ ਤੁਹਾਡੇ ਲਈ ਆਜ਼ਾਦੀ ਕੀ ਮਾਇਨੇ ਰੱਖਦੀ ਹੈ ਆਪਾਂ ਨੂੰ ਮਹਾਰਾਜ ਨੇ ਇੱਕ ਸੋਚਣ ਦੀ ਸ਼ਕਤੀ ਦਿੱਤੀ ਹੈ ਬੋਲਣ ਨੂੰ ਮੂੰਹ ਦਿੱਤਾ ਤੇ ਮੇਰੇ ਵਾਸਤੇ ਆਜ਼ਾਦੀ ਉਹੀ ਹੈ ਕਿ ਤੁਸੀਂ ਜੋ ਮਨ ਚਾਵੇ ਉਹ ਕਰ ਸਕੋ ਜੋ ਤੁਹਾਡੀ ਸੋਚ ਚੰਗੀ ਸੋਚ ਹੈ ਉਸ ਮੁਤਾਬਿਕ ਕੰਮ ਕਰ ਸਕੋ ਤੇ ਜੋ ਮੂੰਹ ਜੋ ਤੁਹਾਡੇ ਚੰਗੇ ਸ਼ਬਦ ਨੇਗੇ ਉਹ ਤੁਸੀਂ ਬੋਲ ਸਕੋ ਜਦੋਂ ਲੱਗੇ ਜਦੋਂ ਜੀ ਕਰੇ ਆਜ਼ਾਦੀ ਇਨ ਦਾ ਸੈਂਸ ਕਿ ਮਤਲਬ ਇੱਕ ਛੂਟ ਹੁੰਦੀ ਹੈ ਬਟ ਨਾਟ ਇਨ ਦਾ ਰੋਂਗ ਸੈਂਸ ਆਜ਼ਾਦੀ ਅਗਰ ਆਪਕੋ ਮਿਲੀ ਹੈ ਤੋ ਇਹ ਨਹੀਂ ਕਿ ਯੂ ਡੂ ਵਾਟ ਐਵਰ ਯੂ ਵਾਂਟ ਬੀ ਫਰੀ ਬਟ ਬੀ ਇਨ ਲਿਮਿਟ ਆਜ਼ਾਦੀ ਆ ਫਰੀਡਮ ਵਿਦਆਊਟ ਫੀਅਰ ਜਿਵੇਂ ਕਿ ਸਾਰਿਆਂ ਲਈ ਤਾਂ ਇਸੀ ਇਹੀ ਹੈ ਕਿ 15 ਅਗਸਤ ਨੂੰ ਸਾਨੂੰ ਆਜ਼ਾਦੀ ਮਿਲੀ ਸੀ ਇੰਡੀਪੈਂਡੈਂਸ ਡੇ ਸਾਰੇ ਤਾਂ ਇਹੀ ਸਮਝਦੇ ਆ ਕਿ ਉਹ ਆਜ਼ਾਦੀ ਦਾ ਦਿਵਸ ਹੈ ਸਾਡੇ ਲਈ ਉਹ ਆਜ਼ਾਦੀ ਦਾ ਦਿਨ ਹੈ ਆਜ਼ਾਦੀ ਹੈ ਬਟ ਮੈਨੂੰ ਇਹ ਲੱਗਦਾ ਕਿ ਜਦੋਂ ਲੋਕਾਂ ਦੀ ਸੋਚ ਠੀਕ ਹੋ ਜਾਏਗੀ ਸੋਚ ਇੱਕ ਸਾਰੇ ਮਤਲਬ ਭਾਰਤ ਦੇ ਜਿਹੜੇ ਸਾਰੇ ਨਾਗਰਿਕ ਹੈਗੇ ਆ ਸਾਰਿਆਂ ਦੀ ਸੋਚ ਪਰਫੈਕਟ ਹੋ ਜਾਏਗੀ ਸਾਰੇ ਮਤਲਬ ਹਰ ਇੱਕ ਨੂੰ ਆਪਣਾ ਸਮਝਣਗੇ ਆਪਣੇ ਦੇਸ਼ ਦੇ ਪ੍ਰਤੀ ਕੁਛ ਕਰਨਗੇ ਉਸ ਟਾਈਮ ਉਹ ਆਜ਼ਾਦੀ ਆਏਗੀ ਉਹਨਾਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਪੂਰਨ ਤੌਰ ਤੇ ਆਜ਼ਾਦ ਹੋ ਨਹੀਂ ਨਾਟ ਐਕਚੁਅਲੀ ਯਾ ਨਾਟ ਕੰਪਲੀਟਲੀ ਬਟ ਅਕੋਰਡਿੰਗ ਟੂ ਮਤਲਬ ਜੈਸੇ ਅਗਰ ਹਮ ਲੜਕੀਆਂ ਹੈ ਤੋ ਅਬ ਇੱਕ ਰੋਕ ਟੋਕ ਆਈ ਜਾਤੀ ਜੈਸੇ ਅਬ ਲੜਕੇ ਹੈ ਹਾਂ ਜਾਓ ਲੜਕੇ ਰਾਤ ਰਾਤ ਕੋ ਮਤਲਬ ਲਾਈਕ ਸਨੈਪਚੈਟ ਐਂਡ ਆਲ ਐਪਸ ਪੇ ਸਟੋਰੀਜ਼ ਐਂਡ ਆਲ ਚਲਤੀ ਰਹਤੀ ਹੈ ਉਨਕੀ ਟਿਲ 12 ਓ ਕਲੋਕ ਮਿਡ ਨਾਈਟ ਔਰ ਹਮ ਹੈ ਲਾਈਕ 8 ਓ ਕਲੋਕ ਕੇ ਬਾਅਦ ਜਾਣਾ ਹੀ ਨਹੀਂ ਬਾਹਰ ਘਰ ਵਾਲੋ ਕਾ ਵੀ ਫੋਨ ਆ ਜਾਤਾ ਹੈ ਬਸ ਬੇਟਾ ਸੋ ਜਾਓ ਅਬ ਨਹੀਂ ਬਟ ਆਈ ਫੀਲ ਲਾਈਕ ਕਿ ਅਗਰ ਪੇਰੈਂਟਸ ਵੀ ਸਪੋਰਟਿਵ ਹੋ ਕਿ ਅਗਰ ਉਹ ਬੋਲੇ ਕਿ ਤੁਮ ਜਾਓ ਤੁਮੇ ਰਹਿਣਾ ਹੈ ਬਟ ਯੂ ਨੋ ਸੋਸਾਇਟੀ ਐਸੀ ਹੈ ਕਿ ਉਹ ਹੀ ਅਲਾਉ ਨਹੀਂ ਕਰਤੀ ਉਹ ਹੀ ਕਹਤੀ ਹੈ ਕਿ ਉਹ ਮਤਲਬ ਨੈਗੇਟਿਵ ਥੌਟਸ ਲਾ ਦੇਤੀ ਹੈ ਔਰ ਪੇਰੈਂਟਸ ਕੋ ਫਿਰ ਉਹ ਅੱਛਾ ਨਹੀਂ ਲੱਗਤਾ ਕਿ ਬੱਚੋਂ ਕੇ ਬਾਰੇ ਮੇਂ ਗਲਤ ਬੋਲਾ ਜਾਤਾ ਹੈ ਹੁਣ ਸਾਨੂੰ ਪੂਰੀ ਆਜ਼ਾਦੀ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਸਾਨੂੰ ਲੱਗਦਾ ਹੈ ਇਸ ਦੇਸ਼ ਵਾਸਤੇ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਿਸੇ ਤੋਂ ਕੋਈ ਲੈਣ ਦੀ ਲੋੜ ਨਹੀਂ ਪਰਮਿਸ਼ਨ ਸਰ ਜਦੋਂ ਜੀ ਆਵੇ ਅਸੀਂ ਕਰ ਸਕਦੇ ਹਾਂ ਪਲਾਂਟੇਸ਼ਨ ਡਰਾਈਵਸ ਲੋਕ ਕਰਦੇ ਨੇਗੇ ਉਸ ਤੋਂ ਬਾਅਦ ਇੰਨੇ ਸਾਰੇ ਕਲੈਨਲੀਨੈਸ ਪ੍ਰੋਗਰਾਮਸ ਕਰਦੇ ਨੇਗੇ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਉਹਨਾਂ ਨੂੰ ਲੱਗਦਾ ਵੀ ਸਾਡਾ ਦੇਸ਼ ਅਸੀਂ ਸੋਹਣਾ ਬਣਾਉਣਾ ਅਤੇ ਉਹਦੇ ਵਾਸਤੇ ਜੋ ਕਰ ਸਕਦੇ ਉਹ ਕਰਦੇ ਆ ਹਰ ਇੱਕ ਆਪਣੇ ਬਾਰੇ ਸੋਚ ਰਿਹਾ ਕਿਸੇ ਬਾਰੇ ਕੋਈ ਨਹੀਂ ਸੋਚਦਾ ਜਦੋਂ ਸਾਰੇ ਆਪਣੇ ਤੋਂ ਇਲਾਵਾ ਬਾਕੀ ਸਮਾਜ ਬਾਰੇ ਸੋਚਣਗੇ ਆਪਣੇ ਦੇਸ਼ ਲਈ ਕੁਝ ਕਰਨਗੇ ਫਿਰ ਮੈਂ ਕਹਿ ਸਕਦੀ ਹਾਂ ਕਿ ਹੁਣ ਉਹ ਆਜ਼ਾਦ ਨੇ ਆਪਣੀ ਸੋਚ ਤੋਂ ਉੱਪਰ ਉੱਠੇ ਨੇ ਕਾਫੀ ਮੂਮੈਂਟਸ ਆਉਂਦੀਆਂ ਜਦੋਂ ਅਸੀਂ ਆਪਣੇ ਆਪ ਨੂੰ ਰੋਕਦੇ ਹਾਂ ਬੋਲਣ ਤੋਂ ਕਿਹੋ ਜਿਹੇ ਮੂਮੈਂਟਸ ਹੁੰਦੀਆਂ ਜਿਵੇਂ ਕੋਈ ਇਸ਼ੂਸ ਆ ਜਾਂਦੇ ਜੇ ਸੈਂਟੀਮੈਂਟਲ ਜਿੱਥੇ ਲੋਕ ਸੈਂਟੀਮੈਂਟਲ ਹੋ ਜਾਂਦੇ ਆ ਜਾਂ ਕੋਈ ਪਾਵਰਸ ਹੁੰਦੀਆਂ ਉੱਪਰਲੀਆਂ ਜਿਹੜੀਆਂ ਰੋਕਦੀਆਂ ਬੋਲਣ ਤੋਂ ਅਤੇ ਉੱਥੇ ਸਾਰਾ ਡਾਕ ਥੋੜ੍ਹਾ ਮਰਦਾ ਵਾ ਅਤੇ ਉਹ ਗਲਤ ਮੈਨੂੰ ਲੱਗਦਾ ਕਿ ਆਜ਼ਾਦੀ ਕਿਤੇ ਨਾ ਕਿਤੇ ਸਾਡੀ ਰੁਕਦੀ ਆ ਹੁਣ ਅਗਰ ਆਪਾਂ ਯੂਨੀਵਰਸਿਟੀਜ਼ ਦੇਖੀਏ ਤਾਂ ਸਾਨੂੰ ਲੱਗਦਾ ਕਿ ਅਸੀਂ ਪੂਰਨ ਤੌਰ 'ਤੇ ਆਜ਼ਾਦ ਨਹੀਂ ਹਾਂ ਚਾਹੇ ਆਪਾਂ ਹੋਸਟਲ ਦੇ ਰੂਲਸ ਨੂੰ ਲੈ ਕੇ ਗੱਲ ਕਰ ਲਈਏ ਬੋਇਜ਼ ਨੂੰ ਰਾਤ ਤੱਕ ਬਾਹਰ ਜਾਣ ਦੀ ਆਜ਼ਾਦੀ ਹੁੰਦੀ ਹੈ ਬਟ ਗਰਲਸ ਨੂੰ ਬਾਹਰ ਜਾਣ ਦੀ ਆਜ਼ਾਦੀ ਨਹੀਂ ਹੈ ਉਹਦੇ ਲਈ ਆਪਾਂ ਜੋ ਵੀ ਰੀਜ਼ਨ ਦਈਏ ਕਿ ਮਤਲਬ ਸਿਕਿਉਰਿਟੀ ਨਹੀਂ ਹੈ ਜਾਂ ਲਾਈਟਸ ਦਾ ਪ੍ਰਬੰਧ ਨਹੀਂ ਹੈ ਬਟ ਉੱਥੇ ਮੈਂਟੈਲਿਟੀ ਜਿਹੜੀ ਹੈ ਉਹਦੇ ਵਿੱਚ ਹਜੇ ਤੱਕ ਸਮਾਨਤਾ ਨਹੀਂ ਆਈ ਮਤਲਬ ਜਿਹੜੀ ਹਜੇ ਸਾਡੀ ਸੋਸਾਇਟੀ ਦੀ ਮੈਂਟੈਲਿਟੀ ਉਹ 'ਚ ਸਮਾਨਤਾ ਨਹੀਂ ਆਈ ਤਾਂ ਕਰਕੇ ਆਪਾਂ ਪੂਰਨ ਤੌਰ 'ਤੇ ਆਜ਼ਾਦ ਨਹੀਂ ਹੈਗੇ ਹਮ ਲੋਕ ਆਜ਼ਾਦ ਹੈ ਲੇਕਿਨ ਪ੍ਰੋਪਰਲੀ ਆਜ਼ਾਦ ਨਹੀਂ ਹੈ ਗਰਲਸ ਤੋਂ ਸਪੈਸ਼ਲੀ ਨਹੀਂ ਹੈ ਐਂਡ ਵੀ ਟਾਕ ਅਬਾਊਟ ਇਕੁਆਲਿਟੀ ਇਕੁਆਲਿਟੀ ਬਿਟਵੀਨ ਬੋਇਜ਼ ਐਂਡ ਗਰਲਸ ਕੋਐਡ ਸਕੂਲ ਫਿਰ ਕਿਉਂ ਨਹੀਂ ਤੁਹਾਡੇ ਸੁਪਨਿਆਂ ਦਾ ਆਜ਼ਾਦ ਭਾਰਤ ਕਿਹੋ ਜਿਹਾ ਹੈ ਦੇਖੋ ਆਜ਼ਾਦ ਭਾਰਤ ਵਿੱਚ ਸਭ ਨੂੰ ਸਮਾਨਤਾ ਹੋਣੀ ਚਾਹੀਦੀ ਹੈ ਹੁਣ ਆਪਾਂ ਦੇਖਦੇ ਹਾਂ ਕਿ ਅਮੀਰ ਔਰ ਗਰੀਬ ਦਾ ਪਾੜਾ ਵੱਧਦਾ ਜਾਂਦਾ ਹੈ ਤਾਂ ਜੋ ਕਿ ਮਤਲਬ ਜੋ ਹੁਣ ਪਿਛਲੇ 4-5 ਸਾਲਾਂ ਤੋਂ ਜ਼ਿਆਦਾ ਵੱਧ ਰਿਹਾ ਹੈ ਤਾਂ ਇਹਨੂੰ ਰੋਕਣ ਦੇ ਲਈ ਮਤਲਬ ਕੁਛ ਨਵਾਂ ਬਦਲਾਅ ਆਉਣਾ ਚਾਹੀਦਾ ਹੈ ਨਵਾਂ ਉਹਦੇ ਨਵਾਂ ਸਿਸਟਮ ਆਉਣਾ ਚਾਹੀਦਾ ਹੈ ਮਤਲਬ ਜਿੱਥੇ ਸਭ ਨੂੰ ਸਮਾਨਤਾ ਹੋਏ ਇਹ ਨਹੀਂ ਕਿ ਮਤਲਬ ਇੱਕ ਕੋਲ ਬਹੁਤ ਜ਼ਿਆਦਾ ਸੁਵਿਧਾਵਾਂ ਹੋਣ ਔਰ ਦੂਸਰੇ ਕੋਲ ਮਤਲਬ ਆਪਣੇ ਸੁਪਨਿਆਂ ਦਾ ਸੰਸਾਰ ਪੂਰਾ ਕਰਨ ਲਈ ਲੋੜੀਂਦੇ ਸਾਧਨ ਵੀ ਨਾ ਹੋਣ ਮੈਨੂੰ ਇਵੇਂ ਲੱਗਦਾ ਕਿ ਸਾਨੂੰ ਆਪਣੇ ਤੋਂ ਇਲਾਵਾ ਬਾਕੀਆਂ ਲਈ ਵੀ ਕੁਛ ਸੋਸਾਇਟੀ 'ਚ ਇਵੇਂ ਕਰਨਾ ਚਾਹੀਦਾ ਹੈ ਕਿ ਸਾਡੇ ਤੋਂ ਕਿਸੇ ਦੂਸਰੇ ਬੰਦੇ ਨੂੰ ਖੁਸ਼ੀ ਮਿਲੇ ਤਾਂ ਅਸੀਂ ਜਦੋਂ ਕਿਸੇ ਨੂੰ ਖੁਸ਼ੀ ਦੇਵਾਂਗੇ ਨਾ ਸਾਨੂੰ ਜਿਹੜੀ ਖੁਸ਼ੀ ਮਿਲੇਗੀ ਉਹ ਸਾਡੀ ਆਜ਼ਾਦੀ ਹੋਵੇਗੀ ਲਾਈਕ ਆਈ ਡੋਂਟ ਵਾਂਟ ਫਰੀਡਮ ਔਰ ਆਜ਼ਾਦੀ ਟੂ ਬੀ ਲਿਮਿਟਡ ਬਟ ਮੈਂ ਚਾਹਤੀ ਹੂੰ ਮਤਲਬ ਜੋ ਹੋਤੇ ਨਾ ਜੋ ਰਿਚ ਪੀਪਲ ਹੋਤੇ ਹੈ ਜੋ ਡੋਮੀਨੇਟਿੰਗ ਹੋਤੇ ਹੈ ਆਈ ਡੋਂਟ ਵਾਂਟ ਦੈਟ ਇਨ ਆਰ ਕੰਟਰੀ ਆਈ ਵਾਂਟ ਐਵਰੀ ਵਨ ਟੂ ਬੀ ਇਕੁਅਲ ਔਰ ਸਭ ਕੋ ਇਕੁਅਲ ਰਾਈਟਸ ਮਿਲਣੇ ਚਾਹੀਏ ਤਾਂ ਕਿ ਸਭ ਆਪਣੀ ਲਾਈਫ ਇੰਜੋਏ ਕਰੇ ਔਰ ਕਿਸੇ ਕੋ ਇਹ ਨਾ ਹੋ ਕਿ ਹਮਾਰੀ ਲਾਈਫ ਐਸੀ ਹੈ ਜਾਂ ਹਮ ਬੰਦੀ ਹੈ ਕਿਸੀ ਕੇ ਆਈ ਵਾਂਟ ਐਵਰੀਬਡੀ ਟੂ ਬੀ ਫਰੀ ਇੱਥੇ ਗੱਲ ਆਉਂਦੀ ਹੈ ਸਾਡੇ ਇਕੱਠੇ ਮਿਲ ਕੇ ਕੰਮ ਕਰਨ ਦੀ ਜੇ ਆਪਾਂ ਲੋਕ ਇਕੱਠੇ ਮਿਲ ਕੇ ਕੰਮ ਕਰਾਂਗੇ ਇੱਕ ਵਧੀਆ ਸਮਾਜ ਬਣਾਵਾਂਗੇ ਅਤੇ ਉਹ ਆਜ਼ਾਦੀ ਲਏਗਾ
ਗਰਲਸ ਕੀ ਕੰਪਲੀਟ ਫਰੀਡਮ ਹੋਣੀ ਚਾਹੀਏ ਲਾਈਕ ਗਰਲਸ ਕੋ ਡਰਨਾ ਨਹੀਂ ਚਾਹੀਏ ਵੋ ਆਈ ਵਾਂਟ ਦੈਟ ਡੇ ਕਿ ਗਰਲਸ ਪੂਰੀ ਫਰੀ ਹੋਣੇ ਮਾਇੰਡ ਮੇ ਯੇ ਨਾ ਹੋ ਕਿ ਹਮ ਸੇਫ ਨਹੀਂ ਹੈ ਜਾਂ ਲੜਕੇ ਗਲਤ ਸੈਂਸ ਮੇ ਲੇਤੇ ਹੈ ਆਈ ਵਾਂਟ ਦੈਟ ਡੇ ਐਂਡ ਦ ਨਿਊਜ਼ ਲਾਈਕ ਵੀ ਜੋ ਆਤੀ ਹੈ ਗੋ ਐਨੀ ਵੇ ਵਿਦਆਊਟ ਐਨੀ ਰੈਸਟ੍ਰਿਕਸ਼ਨ ਔਰ ਜੋ ਨਿਊਜ਼ ਆਤੀ ਹੈ ਕਿ ਗੈਂਗ ਰੇਪ ਹੋ ਗਿਆ ਐਂਡ ਆਲ ਦੈਟ ਸ਼ੁਡ ਬੀ ਐਲੀਮੀਨੇਟਡ ਕੰਪਲੀਟਲੀ ਅੱਜ ਕੱਲ੍ਹ ਲੋਕ ਬਾਹਰ ਕਿਉਂ ਜਾ ਰਹੇ ਹੈ ਕੈਨੇਡਾ ਕਿਉਂ ਜਾ ਰਹੇ ਹੈ ਜਾਂ ਫਿਰ ਅਮੈਰੀਕਾ ਕਿਉਂ ਮਾਈਗ੍ਰੇਟ ਹੋ ਰਹੇ ਹੈ ਕਿਉਂਕਿ ਉਹ ਇੱਕ ਕੁਆਲਿਟੀ ਲਾਈਫ ਭਾਲਦੇ ਆ ਉੱਥੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਚੰਗੀ ਹਵਾ ਮਿਲ ਰਹੀ ਹੈ ਜਦਕਿ ਉੱਥੇ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸੈਕਿੰਡ ਹੀ ਟ੍ਰੀਟ ਕੀਤਾ ਜਾਂਦਾ ਸੈਕਿੰਡ ਕਦੇ ਫਸਟ ਦਾ ਦਰਜਾ ਨਹੀਂ ਦਿੱਤਾ ਜਾਂਦਾ ਪਰ ਉਹ ਉੱਥੇ ਜਾਂਦੇ ਕਿਉਂਕਿ ਉਹਨਾਂ ਨੂੰ ਕੁਆਲਿਟੀ ਲਾਈਫ ਮਿਲਦੀ ਹੈ ਉੱਥੇ ਅਤੇ ਇੰਡੀਆ ਨੂੰ ਇੱਕ ਲੋਕਾਂ ਦਾ ਕਹਿ ਲਓ ਵੀ ਅ ਪਲੇਸ ਆਫ ਚੋਇਸ ਬਣਾਉਣ ਦੇ ਲਈ ਮੈਂ ਚਾਹੂੰਗੀ ਵੀ ਇੰਡੀਆ ਜਿਵੇਂ ਸਾਫ਼ ਸੁਥਰਾ ਹੋਵੇ ਫਿਰ ਉਸ ਤੋਂ ਬਾਅਦ ਜੋ ਮਤਲਬ ਚੰਗੀਆਂ ਚੀਜ਼ਾਂ ਬੰਦਾ ਕਰ ਸਕੇ ਵਧੀਆ ਟਰੀਜ਼ ਸਰਾਊਂਡਿੰਗਸ ਤੁਹਾਡੀਆਂ ਸੋਹਣੀਆਂ ਹੋਣ ਕਲੈਨਲੈਸ ਹੋਵੇ ਇੱਕ ਹੈਲਦੀ ਲਾਈਫ ਜਦੋਂ ਲਾਈਫ ਸਟਾਈਲ ਤੁਹਾਨੂੰ ਮਿਲ ਜਾਂਦਾ ਤਾਂ ਜੇ ਸਟ੍ਰਿਕਟ ਰੂਲਸ ਵੀ ਹੁੰਦੇ ਆ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਹੈਲਦੀ ਲਾਈਫ ਜਦੋਂ ਲਾਈਫ ਸਟਾਈਲ ਤੁਹਾਨੂੰ ਲੋਕਾਂ ਨੂੰ ਮਿਲ ਜਾਂਦਾ ਇੱਥੇ ਅਤੇ ਉਦੋਂ ਬੰਦਾ ਕਹਿ ਲਓ ਵੀ ਇੱਕ ਹਿਸਾਬ ਦਾ ਉਹਨੂੰ ਪਸੰਦ ਆਉਣ ਲੱਗ ਜਾਂਦਾ ਇੰਡੀਆ ਅਤੇ ਇਸ ਫਿਰ ਲੋਕ ਮਾਈਗ੍ਰੇਟ ਵੀ ਹੁਣ ਉਹ ਘੱਟ ਜਾਣਗੇ ਅਤੇ ਫਿਰ ਮੈਨੂੰ ਐਂ ਲੱਗਦਾ ਵੀ ਉਹੀ ਇੱਕ ਸੁਪਨਿਆਂ ਦਾ ਕਹਿ ਲਓ ਆਪਣਾ ਸੁਪਨਿਆਂ ਦਾ ਭਾਰਤ ਹੋਊਗਾ